ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ RAM REEM ਨੂੰ ਫਿਰ ਮਿਲੀ 3 ਦਿਨ ਦੀ ਪੈਰੋਲ ਰੋਤਕ ਜੇਲ ਤੋਂ ਆਇਆ ਬਾਹਰ ਜਿਸ ਆਸ਼ਰਮ ਤੇ پابੰਦੀ ਵੱਡੀ ਖਬਰ ਆ ਚੁੱਕਿਆ ਖਬਰ ਨਿਸ਼ਚਿਤ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਿਰਸਾ ਡੇਰਾ ਸੱਚਾ ਸੋਦਾ ਮੁਖੀ RAM REEM ਅੱਜ ਜੇਲ ਤੋਂ ਬਾਹਰ ਆ ਸਕਦੇ ਨੇ ਉਸ ਨੂੰ ਕਰੀਬ 30 ਦਿਨ ਦੀ ਪੈਰੋਲ ਮਿਲ ਗਈ ਹੈ ਕੋੜੀਆਂ ਤੇ گاਵਾਂ ਨੂੰ ਕੱਲ੍ਹ ਸ਼ਾਮ ਨੂੰ ਹੀ ਸਿਰਸਾ ਤੋਂ ਯੂਪ ਦੇ ਬਗਾਬਲ ਜਾਇਆ ਗਿਆ ਹੈ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ ਇਸ ਵੀਡੀਓ ਚ ਰਾਮ ਰੀਮ ਹੜਪਰ ਪ੍ਰਭਾਵਿਤ ਲੋਕਾਂ ਲਈ ਪਰਮਾਤਮਾ ਤੋਂ ਦੁਆ ਮੰਗ ਰਿਹਾ ਹੈ ਤੇ ਡੀਰਾ ਪ੍ਰੇਮਣ ਨੂੰ ਰਾਹਤ ਕਰਦੇ ਸਰ ਗਰਮੀ ਨਾਲ ਹਿੰਸਾ ਲੈਂਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਵੀਡੀਓ ਰਾਮ ਰੀਮ ਦੀ ਪਿਛਲੀ ਪੈਰੋਲ ਦੀ ਹੈ ਰਾਮ ਰੀਮ ਦੇ ਪੈਰੋਲ ਲਈ ਅਰਜੀ ਦੇਣ ਦੀਆਂ ਖਬਰਾਂ ਹਨ ਰਾਮ ਰੀਮ ਨੇ ਰੋहतक ਪ੍ਰਸ਼ਾਸਨ ਕੋਲ ਪੈਰੋਲ ਅਧਿਰਦੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਾਗਪਤ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਕਿ ਆਸਲਾਏ ਜਾਣੇ ਕਿ ਰਾਮ ਲਹਿਮ ਨੂੰ 3 ਦਿਨ ਦੀ ਪੈਰੋਲ ਮਿਲ ਗਈ ਹਾਲਾਂਕਿ ਰਾਮ ਰਹਿਮ ਦੀ ਪੈਰੋਲ ਨੂੰ ਲੈ ਕੇ ਡੇਰਾ ਤੋਂ ਕੋਈ ਪੁਸ਼ਟੀ ਨਹੀਂ ਹੋਈ ਜਿਆ ਰਾਮ ਰਹਿਮ ਨੂੰ ਹੁਣ ਤੱਕ 6 ਵਾਰ ਪੈਰੋਲ ਮਿਲ ਚੁਕੀ ਹੈ ਬਾਕੀ ਖਬਰ ਨੂੰ ਹੁਣ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ